ਕਿਵੇਂ ਆ ਚਾਚਾ? ਕੁਝ ਪਤਾ ਲੱਗਿਆ ਪੁੱਤ? ਨਾ ਚਾਚਾ, ਜੋਰੇ ਦਾ ਤਾਂ ਨਹੀਂ ਪਤਾ ਲੱਗਿਆ ਕੁਝ। ਮੈਂ ਪੰਮੀ ਭੂਆ ਹੁਣਾਂ ਨੂੰ ਵੀ ਫੋਨ ਕੀਤਾ ਸੀ, ਉਹ ਸਾਰੇ ਤਾਂ ਇੰਦਗੜ ਗਏ ਵੇ ਆ। ਬਾਈ, ਅਸਲ ਦੇ ਵਿੱਚ ਬਘੇਲਾ ਜੋਰੇ ਬਾਈ ਨੂੰ ਸ਼ਹਿਰੋਂ ਬਾਹਰ ਲੈ ਗਿਆ ਕਿਤੇ। ਜੇ ਸ਼ਹਿਰ 'ਚ ਹੁੰਦਾ ਫਿਰ ਕੋਤਵਾਲੀ 'ਚ ਹੀ ਹੋਣਾ ਸੀ। ਉਹ ਇਸੇ ਗੱਲ ਦਾ ਤਾਂ ਡਰ ਹੈ, ਬਘੇਲਾ ਸਾਲਾ ਬੇਕਿਰਕੀ ਵਾਲਾ, ਨਾਲੇ ਸਾਡੇ 'ਤੇ ਤਾਂ ਉਹੀ ਲੱਗਦਾ। ਓਏ ਦੀਪਿਆ, ਆ ਜੋਰੇ ਨੇ ਵੀ ਬਾਲਾ ਹੀ ਲੋੜਾ ਮਾਰਿਆ। ਬਘੇਲ ਸਿੰਘ ਵਰਗੇ ਥਾਣੇਦਾਰ ਦੇ ਸਰਿਆਮ ਥੱਪੜ। ਉਹ ਚਾਚਾ, ਤੈਨੂੰ ਪਤਾ ਤਾਂ ਹੈਗਾ ਹੁਣ ਉਹਦਾ, ਨਿੱਕੇ ਹੁੰਦੇ ਤੋਂ ਪਤਾ ਨਹੀਂ ਕਿਹੜੇ ਜਵਾਲਾਮੁਖੀ ਦੱਬੀ ਫਿਰਦਾ ਆਪਦੇ ਅੰਦਰ। ਹੁਣ ਤਾਂ ਮੈਨੂੰ ਵੀ ਉਹਦੇ ਸੇਕ 'ਚ ਰਹਿਣ ਦੀ ਆਦਤ ਜੀ ਪੈ ਗਈ, ਇਹੋ ਜਿਹਾ ਸੇਕ ਜਿਹਤੋਂ ਦੂਰ ਹੋ ਕੇ ਨਾ ਮੈਂ ਪਿਘਲਣ ਲੱਗਦਾ। ਜੋਰਿਆ ਸੁਣਦਾ? ਉਹ ਜੋਰਿਆ, ਠੀਕ ਆ ਤੂੰ? ਆ ਕੀ ਕੀਤਾ ਯਾਰ ਤੂੰ? ਬਘੇਲੇ ਦੇ ਲਪੜਾ ਜੜਤਾ? ਕੀ ਹਾਲ ਕੀਤਾ ਤੇਰਾ ਮੇਰੇ ਪਤਿਓਰੇ ਨੇ? ਦੀਪੇ ਬਾਈ, ਬਘੇਲੇ ਦੀ ਕੀ ਜ਼ਰੂਰਤ ਸੀ ਵੀ ਮੇਰੇ ਹੱਥ ਵੀ ਲਾ ਜਾਂਦਾ? ਇਹ ਤਾਂ ਮੇਰੀ ਆਪਦੀ ਮਰਜ਼ੀ ਸੀ, ਬਸ ਤੂੰ ਦੇਖੀ ਚੱਲ ਹੁਣ ਇਹਨਾਂ ਜ਼ਖਮਾਂ ਦਾ ਹੀ ਮੁੱਲ ਪੈਣਾ। ਤੁਹਾਨੂੰ ਤੁਸੀਂ ਬਾਬਾ ਜੋਰਾ ਨਾਥ ਜੀ, ਅਸੀਂ ਐਵੇਂ ਪੁੱਛਣ ਨੂੰ ਅੱਗ ਲਾਈ ਫਿਰਦੇ ਹਾਂ? ਕਿਵੇਂ ਆ ਬਗਿਆ ਸ਼ੇਰਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਆ ਵੀ ਮੁੰਡਿਓ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਂ ਹੈ ਜੀ ਕੁਲਦੀਪ ਸਿੰਘ ਦੀਪਾ, ਜੋਰਾ ਮੇਰੀ ਭੂਆ ਦਾ ਪੁੱਤ ਹੈ ਜੀ। ਮੈਂ ਜੀ ਬਖਤੌਰ ਸਿੰਘ। ਤੇ ਮੇਰਾ ਨਾਂ ਸੁੱਖਾ ਜੀ। ਇਹ ਬਾਬੂ ਹੈ ਜੀ, ਬਾਬੂ ਖਾਨ। ਇਹ ਬੋਲ ਨਹੀਂ ਸਕਦਾ, ਗੂੰਗਾ ਇਹ। ਅਸੀਂ ਸਾਰੇ ਇਕੱਠੇ ਹੁੰਦੇ ਹਾਂ ਜੀ। ਵਧੀਆ ਗੱਲ ਹੈ, ਕੋਈ ਗੱਲ ਨਹੀਂ, ਉੱਠ ਲੈਣ ਦਿਓ ਆਪਣੇ ਜਵਾਨ ਨੂੰ। ਚੇਅਰਮੈਨ, ਮੁੰਡੇ ਸਾਰੇ ਹੀ ਕੰਮ ਦੇ ਨੇ। Thank you.